ਬਹੁਤ ਅੱਛਾ ਬਹੁਤ ਅੱਛਾ। ਅਤੇ ਅਭਿਸ਼ੇਕ ਵੀ ਔਰ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ 'ਤੇ ਤੁਸੀਂ ਬਾਹਰ ਬੈਠੇ ਸੀ। ਹਾਂ ਕਿਉਂਕਿ ਦੋ ਦੋ ਪਲੈਨਟੀ ਕੌਣ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ। ਹਾਂ ਪਰ ਬਹੁਤ ਮੁਬਾਰਕ ਵਾਲੀ ਗੱਲ ਹੈ ਕਿ 52 ਸਾਲਾਂ ਬਾਅਦ ਅਤੇ ਓਲੰਪਿਕ ਦੇ ਵਿੱਚ ਹਰਾਇਆ ਆਪਾਂ ਉਹਨਾਂ ਨੂੰ। ਮੈਂ ਵੀ ਆਉਣਾ ਸੀ ਤੁਹਾਡੇ ਆ ਵਧਾਉਣ ਤੁਹਾਡੀਆਂ ਇੱਛਾਵਾਂ ਅਤੇ ਤੁਹਾਡੇ ਹੌਸਲੇ ਵਧਾਉਣ, ਪਰ ਮੈਨੂੰ ਆਉਣ ਹੀ ਨਹੀਂ ਦਿੱਤਾ, ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ। ਅੱਜ ਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ੍ਹ ਵਾਲੇ ਕੁਆਟਰ ਫਾਈਨਲ 'ਚ ਅਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ, ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ, ਤੁਹਾਡੇ ਕੋਲ ਪਹੁੰਚ ਨਹੀਂ ਸਕੂੰਗਾ ਮੈਂ, ਪਰ ਅਸੀਂ ਨਾਲ ਹਾਂ ਇੱਥੇ। ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਅਤੇ ਹਮੇਸ਼ਾ ਨਾਲ ਹਾਂ। ਕੱਲ੍ਹ ਵਾਲਾ ਕੁਆਟਰ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਜੋ ਗੈਪ ਮਿਲ ਜਾਂਦੇ ਉਹਨਾਂ ਨੂੰ, ਕੱਲ੍ਹ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ। ਹਾਂ ਸੈਂਟਰ ਵਾਲਾ ਪਾਸਾ ਥੋੜ੍ਹਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ, ਪਰ ਸੈਂਟਰ ਚੋਂ ਵੜਦੇ ਸੀ ਕੱਲ੍ਹ ਉਹ, ਹੈ ਨਾ। ਸੋ ਕੋਚ ਸਾਹਿਬ ਮੈਨੂੰ ਲੱਗਦਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ। ਸੋ ਮੈਂ ਇਕੱਲਾ ਇਕੱਲਾ ਤੀਹ ਚੀਜ਼ ਦੇਖਣਾ ਅਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ ਏਅਰਪੋਰਟ 'ਤੇ ਲੈਣਾ ਹੋਵੇ ਸੀ, ਹੈ ਨਾ। ਅਤੇ ਕੋਈ ਗੱਲ ਨਹੀਂ, ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ, ਕੋਈ ਗੱਲ ਨਹੀਂ, ਪਰ ਅਸੀਂ ਤੁਹਾਡੇ ਨਾਲ ਹੀ ਹਾਂ, ਮੈਂ ਸਮਝ ਲਓ ਨਾਲ ਹੀ ਹੈ। ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ, ਮਨਦੀਪ ਨੂੰ, ਗੁਰਜੰਟ ਨੂੰ, ਸ਼ਮਸ਼ੇਰ ਨੂੰ, ਹੈ ਨਾ, ਸ਼੍ਰੀ ਜੇਸ਼ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਓ ਅਤੇ ਕੱਲ੍ਹ ਵਾਸਤੇ ਗੁੱਡ ਲੱਕ ਹੁੰਦੀ। ਬਹੁਤ ਅੱਛਾ ਬਹੁਤ ਅੱਛਾ। ਅਤੇ ਅਭਿਸ਼ੇਕ ਵੀ ਔਰ ਤੁਸੀਂ ਵੀ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ 'ਤੇ ਤੁਸੀਂ ਬਾਹਰ ਬੈਠੇ ਸੀ। ਹਾਂ ਕਿਉਂਕਿ ਦੋ ਪਲੈਨਟੀ ਕੌਣ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ। ਹਾਂ ਪਰ ਬਹੁਤ ਮੁਬਾਰਕ ਵਾਲੀ ਗੱਲ ਹੈ ਕਿ 52 ਸਾਲਾਂ ਬਾਅਦ ਅਤੇ ਓਲੰਪਿਕ ਦੇ ਵਿੱਚ ਹਰਾਇਆ ਆਪਾਂ ਉਹਨਾਂ ਨੂੰ। ਮੈਂ ਵੀ ਆਉਣਾ ਸੀ ਤੁਹਾਡੇ ਆ ਵਧਾਉਣ ਤੁਹਾਡੀਆਂ ਇੱਛਾਵਾਂ ਅਤੇ ਤੁਹਾਡੇ ਹੌਸਲੇ ਵਧਾਉਣ, ਪਰ ਮੈਨੂੰ ਆਉਣ ਹੀ ਨਹੀਂ ਦਿੱਤਾ, ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ। ਅੱਜ ਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ੍ਹ ਵਾਲੇ ਕੁਆਟਰ ਫਾਈਨਲ 'ਚ ਅਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ, ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ, ਤੁਹਾਡੇ ਕੋਲ ਪਹੁੰਚ ਨਹੀਂ ਸਕੂੰਗਾ ਮੈਂ, ਪਰ ਅਸੀਂ ਨਾਲ ਹਾਂ ਇੱਥੇ। ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਅਤੇ ਹਮੇਸ਼ਾ ਨਾਲ ਹਾਂ। ਕੱਲ੍ਹ ਵਾਲਾ ਕੁਆਟਰ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਜੋ ਗੈਪ ਮਿਲ ਜਾਂਦੇ ਉਹਨਾਂ ਨੂੰ, ਕੱਲ੍ਹ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ। ਹਾਂ ਸੈਂਟਰ ਵਾਲਾ ਪਾਸਾ ਥੋੜ੍ਹਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ, ਪਰ ਸੈਂਟਰ 'ਚੋਂ ਵੜਦੇ ਸੀ ਕੱਲ੍ਹ ਉਹ, ਹੈ ਨਾ। ਸੋ ਕੋਚ ਸਾਹਿਬ ਮੈਨੂੰ ਲੱਗਦਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ। ਸੋ ਮੈਂ ਇਕੱਲਾ ਇਕੱਲਾ ਤੀਹ ਚੀਜ਼ ਦੇਖਣਾ ਅਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ ਏਅਰਪੋਰਟ 'ਤੇ ਲੈਣਾ ਹੋਵੇ ਸੀ।
ਹੈਨਾ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਹਾਂ ਮੈਂ ਸਮਝਣ ਨਾਲ ਹੀ ਹੈਨਾ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹੈਨਾ ਸ਼੍ਰੀ ਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਓ ਅਤੇ ਕੱਲ੍ਹ ਵਾਸਤੇ ਗੁੱਡ ਲੱਕ ਮਿਲਿਆ।